ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇੱਕ ਟਰਾਲੇ ਨੇ ਪਤੀ ਪਤਨੀ ਨੂੰ ਕੁਚਲ ਦਿੱਤਾ। ਮੌਕੇ ਤੇ ਪਤਨੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦੇ ਪਤੀ ਦੀ ਜਾਨ ਬਚ ਗਈ। ਦਰਅਸਲ ਦੋਵੇਂ ਜਾਣੇ ਹੈਂਡੀਕੈਪ ਨੇ ਔਰ ਆਪਣੀ ਦੁਕਾਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਤੇਜ਼ ਰਫਤਾਰ ਟਰਾਲੇ ਨੇ ਇਹਨਾਂ ਦੋਵਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਜਾਣੇ ਐਕਟਿਵਾ ਤੇ ਸਵਾਰ ਸੀ, ਆਪਣੀ ਫੋਟੋ ਸਟੇਟ ਵਾਲੀ ਦੁਕਾਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰਾਲੇ ਨੇ ਇਹਨਾਂ ਨੂੰ ਟੱਕਰ ਮਾਰੀ। ਦੋਵੇਂ ਜਾਣੇ ਜ਼ਮੀਨ ਤੇ ਡਿੱਗ ਪਏ। ਮੌਕੇ ਤੇ ਹੈਂਡੀਕੈਪ ਪਤਨੀ ਦੀ ਮੌਤ ਹੋ ਗਈ। ਜਗਰਾਓਂ ਬੱਸ ਅੱਡੇ ਚੌਂਕ ਦੇ ਵਿੱਚ ਐਕਟਿਵਾ ਤੇ ਸਵਾਰ ਆਪਣੇ ਕੰਮ ਤੇ ਜਾ ਰਹੇ ਹੈਂਡੀਕੈਪ ਪਤੀ ਪਤਨੀ ਨੂੰ ਇੱਕ ਟਰਾਲੇ ਦੇ ਡਰਾਈਵਰ ਨੇ ਕੁਚਲ ਦਿੱਤਾ, ਜਿਸ ਦੇ ਕਾਰਨ ਪਤੀ ਪਤਨੀ ਦੋਵੇਂ ਥੱਲੇ ਡਿੱਗ ਪਏ। 39 ਸਾਲ ਦੀ ਪਤਨੀ ਕੁਲਜਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਔਰ ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ। ਇਸ ਮੌਕੇ ਬੱਸ ਸਟੈਂਡ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਸੰਬੰਧੀ ਡਰਾਈਵਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ, ਜਲਦੀ ਉਸ ਨੂੰ ਕਾਬੂ ਕੀਤਾ ਜਾਵੇਗਾ। ਤਾਂ ਪਤੀ ਪਤਨੀ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੇ ਜਾ ਰਹੇ ਸੀ ਫੋਟੋ ਸਟੇਟ ਦੀ, ਤਾਂ ਰਸਤੇ ਦੇ ਵਿੱਚ ਤੇਜ਼ ਰਫਤਾਰ ਟਰਾਲੇ ਨੇ ਐਕਟਿਵਾ ਸਵਾਰ ਇਹਨਾਂ ਨੂੰ ਟੱਕਰ ਮਾਰੀ। ਦੋਵੇਂ ਜਾਣੇ ਜ਼ਮੀਨ ਤੇ ਡਿੱਗ ਪਏ ਔਰ ਮੌਕੇ ਤੇ ਪਤਨੀ ਦੀ ਦਰਦਨਾਕ ਮੌਤ ਹੋ ਗਈ। ਜਗਰਾਓਂ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਹੋਣਾ ਕੀ ਹੈ ਜੀ, ਇਹਨਾਂ ਦੀ ਦੁਕਾਨ ਸੀਗੀ ਫੋਟੋ ਸਟੈਟ ਵਗੈਰਾ ਜੀ। ਇਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਜਗਰਾਓਂ ਆ ਰਹੇ ਸੀ ਜੀ। ਮੂਹਰੇ ਬੱਸ ਵਾਲੇ ਨੇ ਰੋਂਗ ਸਾਈਡ ਮੋੜੀ, ਮਗਰ ਟਰਾਲਾ ਤੇਜ਼ ਆ ਰਿਹਾ ਜੀ। ਮਤਲਬ ਇਹਨਾਂ ਦੇ ਰੁਕਣ ਨਾਲ ਰੋਕਿਆ ਤਾਂ ਉਹਨੇ ਦੇਖਿਆ ਹੀ ਨਹੀਂ ਟਰਾਲੇ ਨੂੰ ਜੀ। ਉੱਪਰ ਉਵੇਂ ਉਹ ਤੋਂ ਅਨਕੰਟਰੋਲ ਹੋ ਗਏ, ਇਹਨਾਂ ਦੇ ਉੱਪਰ ਹੋ ਗਏ। ਇਹਨਾਂ ਦੇ ਬਾਈਕ ਦੀ ਡੈਥ ਹੋ ਗਈ ਨੌਸ਼ੇ 'ਤੇ। ਉਹ ਮਤਲਬ ਪੈਰਾਂ ਥੱਲੇ ਉੱਧਰ ਜਾ ਡਿੱਗੇ, ਜੇ ਦੂਜੀ ਤਰਫ ਜਾ ਡਿੱਗੇ ਉਹਨਾਂ ਦੀ ਮੌਕੇ 'ਤੇ ਡੈਥ ਹੋਈ। ਪੁਲਿਸ ਕੰਪਲੇਂਟ ਕੀਤੀ ਹੈ ਜੀ? ਹਾਂਜੀ, ਕੰਪਲੇਂਟ ਕੀਤੀ ਆ, ਪੁਲਿਸ ਭਾਲ ਕਰ ਰਹੀ ਹੈ ਜੀ। ਜਦੋਂ ਫੋਟੋ ਸਟੇਟ ਦੀ ਦੁਕਾਨ ਸੀਗੀ ਜਗਰਾਓਂ ਚੌਂਕ ਦੇ ਵਿੱਚ, ਕੁਲਜਿੰਦਰ ਕੌਰ ਅਤੇ ਉਹਦੇ ਹਸਬੈਂਡ ਸੀ ਹਰਵਿੰਦਰ ਸਿੰਘ, ਇਹ ਦੋਨੇ ਰੋਜ਼ਾਨਾ ਆਪਣੀ ਦੁਕਾਨ 'ਤੇ ਆਉਂਦੇ ਹੁੰਦੇ ਸੀ। ਅੱਜ ਵੀ ਸੁਬਹ ਇਹਨਾਂ ਦਾ ਪਿੰਡ ਜਨੇਤਪੁਰ ਹੈ, ਜਨੇਤਪੁਰ ਤੋਂ ਆ ਰਹੇ ਸੀਗੇ। ਜਦੋਂ ਬੱਗੇ ਢਾਬੇ ਕੋਲ ਪਹੁੰਚੇ ਤਾਂ ਪਿੱਛੋਂ ਇੱਕ ਟਰੱਕ ਟਰਾਲਾ ਜਿਹੜਾ ਸੀ ਉਹਨਾਂ ਦੇ ਉਹਨੇ ਇਹਨਾਂ ਦੇ ਉੱਪਰ ਐਕਟਿਵਾ 'ਤੇ ਚਾਰ ਪਾਇਆ, ਜਿਸ ਨਾਲ ਲੜਕੀ ਜਿਹੜੀ ਕੁਲਜਿੰਦਰ ਕੌਰ ਸੀ ਉਹਦੀ ਮੌਕੇ 'ਤੇ ਡੈਥ ਹੋ ਗਈ, ਕਿਉਂਕਿ ਕੁਚਲੀ ਗਈ। ਅਤੇ ਜਿਹੜਾ ਹਰਵਿੰਦਰ ਸਿੰਘ ਆ ਉਹਦੇ ਸੱਟਾਂ ਲੱਗੀਆਂ, ਉਹਦੀ ਬੱਚਤ। ਅਤੇ ਟਰੱਕ ਡਰਾਈਵਰ ਫਰਾਰ ਹੈ? ਡਰਾਈਵਰ ਉੱਥੋਂ ਆਪਣਾ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਜੀ। ਉਹਦੀ ਤਲਾਸ਼ ਜਾਰੀ ਹੈ, ਕਾਰਵਾਈ ਕਰ ਰਹੇ ਹਾਂ, ਜੋ ਵੀ ਤਫਤੀਸ਼ ਦੇ ਨਾਲ ਆ ਗਏ। ਓਕੇ। ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇੱਕ ਟਰਾਲੇ ਨੇ ਪਤੀ ਪਤਨੀ ਨੂੰ ਕੁਚਲ ਦਿੱਤਾ। ਮੌਕੇ ਤੇ ਪਤਨੀ ਦੀ ਦਰਦਨਾਕ ਮੌਤ ਹੋ ਗਈ, ਜਦਕਿ ਉਸਦੇ ਪਤੀ ਦੀ ਜਾਨ ਬਚ ਗਈ। ਦਰਅਸਲ ਦੋਵੇਂ ਜਾਣੇ ਹੈਂਡੀਕੈਪ ਨੇ ਔਰ ਆਪਣੀ ਦੁਕਾਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਤੇਜ਼ ਰਫਤਾਰ ਟਰਾਲੇ ਨੇ ਇਹਨਾਂ ਦੋਵਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਜਾਣੇ ਐਕਟਿਵਾ ਤੇ ਸਵਾਰ ਸੀ, ਆਪਣੀ ਫੋਟੋ ਸਟੇਟ ਵਾਲੀ ਦੁਕਾਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟਰਾਲੇ ਨੇ ਇਹਨਾਂ ਨੂੰ ਟੱਕਰ ਮਾਰੀ। ਦੋਵੇਂ ਜਾਣੇ ਜ਼ਮੀਨ ਤੇ ਡਿੱਗ ਪਏ। ਮੌਕੇ ਤੇ ਹੈਂਡੀਕੈਪ ਪਤਨੀ ਦੀ ਮੌਤ ਹੋ ਗਈ। ਜਗਰਾਓਂ ਬੱਸ ਅੱਡੇ ਚੌਂਕ ਦੇ ਵਿੱਚ ਐਕਟਿਵਾ ਤੇ ਸਵਾਰ ਆਪਣੇ ਕੰਮ ਤੇ ਜਾ ਰਹੇ ਹੈਂਡੀਕੈਪ ਪਤੀ ਪਤਨੀ ਨੂੰ ਇੱਕ ਟਰਾਲੇ ਦੇ ਡਰਾਈਵਰ ਨੇ ਕੁਚਲ ਦਿੱਤਾ, ਜਿਸ ਦੇ ਕਾਰਨ ਪਤੀ ਪਤਨੀ ਦੋਵੇਂ ਥੱਲੇ ਡਿੱਗ ਪਏ। 39 ਸਾਲ ਦੀ ਪਤਨੀ ਕੁਲਜਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਗਈ ਔਰ ਇਸ ਹਾਦਸੇ ਤੋਂ ਬਾਅਦ ਟਰਾਲੇ ਦਾ ਡਰਾਈਵਰ ਫਰਾਰ ਹੋ ਗਿਆ। ਇਸ ਮੌਕੇ ਬੱਸ ਸਟੈਂਡ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਸ ਸੰਬੰਧੀ ਡਰਾਈਵਰ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ, ਜਲਦੀ ਉਸ ਨੂੰ ਕਾਬੂ ਕੀਤਾ ਜਾਵੇਗਾ। ਤਾਂ ਪਤੀ ਪਤਨੀ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਤੇ ਜਾ ਰਹੇ ਸੀ ਫੋਟੋ ਸਟੇਟ ਦੀ, ਤਾਂ ਰਸਤੇ ਦੇ ਵਿੱਚ ਤੇਜ਼ ਰਫਤਾਰ ਟਰਾਲੇ ਨੇ ਐਕਟਿਵਾ ਸਵਾਰ ਇਹਨਾਂ ਨੂੰ ਟੱਕਰ ਮਾਰੀ। ਦੋਵੇਂ ਜਾਣੇ ਜ਼ਮੀਨ ਤੇ ਡਿੱਗ ਪਏ ਔਰ
ਮੌਕੇ ਤੇ ਪਤਨੀ ਦੀ ਦਰਦਨਾਕ ਮੌਤ ਹੋ ਗਈ। ਜਗਰਾਉਂ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਹੋਣਾ ਕੀ ਹੈ ਜੀ, ਇਹਨਾਂ ਦੀ ਦੁਕਾਨ ਸੀਗੀ ਫੋਟੋ ਸਟੈਟ ਵਗੈਰਾ ਜੀ, ਇਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਜਗਰਾਉਂ ਆ ਰਹੇ ਸੀ ਜੀ। ਮੂਹਰੇ ਬੱਸ ਵਾਲੇ ਨੇ ਰੋਂਗ ਸਾਈਡ ਮੋੜੀ, ਮਗਰ ਟਰਾਲਾ ਤੇਜ਼ ਆ ਰਿਹਾ ਜੀ, ਮਤਲਬ ਇਹਨਾਂ ਦੇ ਰੋਕਣ ਨਾਲ ਰੋਕਿਆ ਤਾਂ ਉਹਨੇ ਦੇਖਿਆ ਹੀ ਨਹੀਂ ਟਰਾਲੇ ਦੇ ਉੱਪਰ ਉਵੇਂ, ਉਹ ਤੋਂ ਅਨਕੰਟਰੋਲ ਹੋ ਗਈ ਇਹਨਾਂ ਦੇ ਉੱਪਰ ਹੋ ਗਏ। ਇਹਨਾਂ ਦੇ ਵਾਈਫ ਦੀ ਡੈਥ ਹੋ ਗਈ ਮੌਕੇ 'ਤੇ, ਉਹ ਮਤਲਬ ਪੈਰਾਂ ਥੱਲੇ ਉੱਧਰ ਚੜ੍ਹ ਗਏ, ਇਹ ਦੂਜੀ ਤਰਫ ਚੜ੍ਹ ਗਏ, ਉਹਨਾਂ ਦੀ ਮੌਕੇ 'ਤੇ ਡੈਥ। ਪੁਲਿਸ ਕੰਪਲੇਂਟ ਕੀਤੀ ਹੈ? ਹਾਂਜੀ ਕੰਪਲੇਂਟ ਕੀਤੀ ਆ, ਪੁਲਿਸ ਭਾਲ ਕਰ ਰਹੀ ਹੈ ਜੀ। ਜਦੋਂ ਫੋਟੋ ਸਟੇਟ ਦੀ ਦੁਕਾਨ ਸੀਗੀ ਜਗਰਾਉਂ ਚੌਂਕ ਦੇ ਵਿੱਚ, ਤਜਿੰਦਰ ਕੌਰ ਅਤੇ ਉਹਦੇ ਹਸਬੈਂਡ ਸੀ ਹਰਵਿੰਦਰ ਸਿੰਘ, ਅਤੇ ਦੋਨੇ ਰੋਜ਼ਾਨਾ ਆਪਣੀ ਦੁਕਾਨ 'ਤੇ ਆਉਂਦੇ ਹੁੰਦੇ ਸੀ। ਅੱਜ ਵੀ ਸੁਬਹਾ ਇਹਨਾਂ ਦਾ ਪਿੰਡ ਜਨੇਤਪੁਰ ਹੈ, ਜਨੇਤਪੁਰ ਤੋਂ ਆ ਰਹੇ ਸੀਗੇ। ਜਦੋਂ ਬੱਗੇ ਢਾਬੇ ਕੋਲ ਪਹੁੰਚੇ ਤਾਂ ਪਿੱਛੋਂ ਇੱਕ ਟਰੱਕ ਟਰਾਲਾ ਜਿਹੜਾ ਸੀ ਉਹਨਾਂ ਦੇ, ਉਹਨੇ ਇਹਨਾਂ ਦੇ ਉੱਪਰ ਐਕਟਿਵਾ 'ਤੇ ਚਾੜਤਾ, ਜਿਸ ਨਾਲ ਲੜਕੀ ਜਿਹੜੀ ਕੁਲਜਿੰਦਰ ਕੌਰ ਸੀ ਉਹਦੀ ਮੌਕੇ 'ਤੇ ਡੈਥ ਹੋ ਗਈ, ਕਿਉਂਕਿ ਕੁਚਲੀ ਗਈ, ਅਤੇ ਜਿਹੜਾ ਹਰਵਿੰਦਰ ਸਿੰਘ ਆ ਉਹਦੇ ਸੱਟਾਂ ਵੱਜੀਆਂ, ਉਹਦੀ ਬੱਚਤ। ਅਤੇ ਟਰੱਕ ਡਰਾਈਵਰ ਫਰਾਰ ਹੈ? ਟਰੱਕ ਡਰਾਈਵਰ ਉੱਥੋਂ ਆਪਣਾ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਉਹਦੀ ਤਲਾਸ਼ ਜਾਰੀ ਹੈ, ਕਾਰਵਾਈ ਕਰ ਰਹੇ ਹਾਂ ਜੋ ਵੀ ਤਫਤੀਸ਼ ਦੇ ਨਾਲ। ਓਕੇ।